ਹੈਲੋ ਗਾਈਜ਼, ਵੈਲਕਮ ਟੂ ਆਵਰ ਚੈਨਲ। ਕੀ ਹਾਲ ਆ ਤੁਹਾਡੇ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਅਤੇ ਅੱਜ ਦਾ ਜਿਹੜਾ ਵਲੋਗ ਆ ਉਹ ਗਾਈਜ਼ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਆ, ਕਿਉਂਕਿ ਵਿਵੇਕ ਦਾ ਯਾਨੀ ਕਿ ਮੇਰੇ ਹਸਬੈਂਡ ਦਾ ਬਰਥਡੇ ਆ ਸੰਡੇ ਨੂੰ, ਅਤੇ ਅੱਜ ਆ ਫਰਾਈਡੇ। ਅੱਜ ਹੀ ਮੈਂ ਉਹਨਾਂ ਦੇ ਬਰਥਡੇ ਦੀ ਕੁਝ ਪਲੈਨਿੰਗ ਜਿਹੜੀ ਆ ਉਹ ਸਟਾਰਟ ਕਰਤੀ ਆ। ਮੈਂ ਮਾਰਕੀਟ ਚੱਲੀ ਹਾਂ ਕੋਈ ਵੇਖਣ ਕੀ ਕਰਨਾ ਵਾ, ਪਰ ਹਾਲੇ ਮੈਂ ਸ਼ੋਰ ਨਹੀਂ ਹਾਂ। ਅਤੇ ਆਓ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਹੁਣ ਅਸੀਂ ਉੱਥੇ ਜਾਂਦੇ ਪਏ ਹਾਂ ਜਿੱਥੇ ਅਸੀਂ ਵਿੱਕੀ ਦਾ ਬਰਥਡੇ ਆ ਜਿਹੜਾ ਉਹ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ, ਅਤੇ ਜਾ ਕੇ ਵੇਖਦੇ ਹਾਂ ਉੱਥੇ ਕੀ ਬਣਦਾ ਵਾ। ਕਿ ਅੱਜ ਜਿਹੜਾ ਸਰਪ੍ਰਾਈਜ਼ ਦਾ ਸੈਕਿੰਡ ਡੇ ਹੋ ਗਿਆ ਵਾ। ਕੱਲ੍ਹ ਮੈਂ ਬਾਜ਼ਾਰ ਗਈ ਸੀ, ਉੱਥੇ ਮੈਂ ਕੁਝ ਕੁਝ ਚੀਜ਼ਾਂ ਵੇਖ ਕੇ ਆਉਂਦੀਆਂ, ਮਤਲਬ ਜਿੱਥੇ ਬਰਥਡੇ ਆਪਾਂ ਮਨਾਉਣਾ ਵਾ ਉਹ ਵੇਖ ਕੇ ਆਉਂਦਾ, ਜਗ੍ਹਾ ਦੇਖ ਕੇ ਆਉਂਦੀ ਉਹ, ਜੋ ਮੈਂ ਤੁਹਾਨੂੰ ਉਹ 'ਤੇ ਹੈਗਾ ਵਾ ਉਹ, ਚਲੋ ਮੈਂ ਤੁਹਾਨੂੰ ਉੱਦਣ ਹੀ ਦਿਖਾਊਂਗੀ ਜਿੱਦਣ ਆਪਾਂ ਵਿੱਕੀ ਨੂੰ ਉੱਥੇ ਲੈ ਕੇ ਜਾਵਾਂਗੇ। ਅਤੇ ਬਾਕੀ ਬਹੁਤ ਮਜ਼ਾ ਆਊਂਗਾ, ਮੈਨੂੰ ਤਾਂ ਬਹੁਤ ਮਜ਼ਾ ਆਉਂਦਾ ਪਿਆ ਵਾ। ਆਈ ਐਮ ਸ਼ੋਰ ਕਿ ਉਹਨਾਂ ਨੂੰ ਵੀ ਬਹੁਤ ਵਧੀਆ ਲੱਗੂੰਗਾ ਸਰਪ੍ਰਾਈਜ਼। ਅਤੇ ਬਾਕੀ ਆਪਾਂ ਅੱਜ ਫਿਰ ਬਾਜ਼ਾਰ ਜਾਣਾ ਵਾ, ਮੈਂ ਆਪਣੇ ਬ੍ਰਦਰ ਨਾਲ ਕੁਝ ਜੋ ਰਹਿ ਗਿਆ ਸੀ ਕੱਲ੍ਹ ਵਾਲਾ ਪੈਂਡਿੰਗ ਉਹ ਕਰਕੇ ਆਉਣਾ ਵਾ, ਕਿਉਂਕਿ ਫਿਰ ਆਉਣ ਵਾਲੇ ਦਿਨਾਂ ਵਿੱਚ ਟਾਈਮ ਨਹੀਂ ਲੱਗਣਾ। ਅਤੇ ਆਪਾਂ ਦੇਖਦੇ ਅੱਗੇ ਜਾ ਕੇ ਬੈਸਟੀ ਦਾ ਫੋਨ ਹੁੰਦਾ ਜੋ ਕਿਦਾਂ ਦਾ ਕੇਕ ਬਣਾਈਏ, ਥੋੜਾ ਆਈਡੀਆ। ਵਟਸਐਪ ਗਾਈਜ਼, ਅਤੇ ਗਾਈਜ਼ ਇੱਦਾਂ ਵਾ ਮੈਂ ਹੁਣ ਬਾਜ਼ਾਰੋਂ ਵਾਪਸ ਆ ਗਈ ਸੀ, ਅਤੇ ਮੈਂ ਬਾਜ਼ਾਰ ਪ੍ਰੋਪਰਲੀ ਜਿਹੜਾ ਸਾਰਾ ਕੁਝ ਆ ਉਹ ਸਭ ਸੈਟਅਪ ਕਰ ਰਹੀ ਹਾਂ। ਲਾਈਕ ਮਤਲਬ ਜਿੱਥੇ ਆਪਾਂ ਬਰਥਡੇ ਮਨਾਉਣਾ ਵਾ ਉਹ ਵੀ ਮੈਂ ਜਗ੍ਹਾ ਦੇਖ ਕੇ ਆਈ ਸੀ। ਬਾਕੀ ਮੈਂ ਫਸਟ ਜਿਹੜਾ ਸਭ ਤੋਂ ਔਖਾ ਕੰਮ ਸੀਗਾ ਉਹ ਵਿੱਕੀ ਦਾ ਕੇਕ ਸਿਲੈਕਟ ਕਰਨਾ, ਮਤਲਬ ਕੇਕ ਮੈਂ ਅਤੇ ਮੇਰਾ ਬ੍ਰਦਰ ਅਸੀਂ ਰਾਤ ਦਾ ਹੀ, ਕੱਲ੍ਹ ਰਾਤ ਦਾ ਹੀ, ਪਰਸੋਂ ਰਾਤ ਦਾ, ਮਤਲਬ ਕਾਫੀ ਦਿਨਾਂ ਦੇ ਇੱਕ ਹਿਸਾਬ ਨਾਲ ਜਦੋਂ ਜਦੋਂ ਵੀ ਟਾਈਮ ਮਿਲਦਾ ਸਾਨੂੰ ਯਾਦ ਆਉਂਦਾ ਅਸੀਂ ਫਾਇੰਡ ਕਰਦੇ ਹਾਂ ਕੇਕ ਕਿ ਕਿੱਦਾਂ ਦਾ ਬਣਾਈਏ। ਪਰ ਜਿਵੇਂ ਹੁੰਦਾ ਵਾ ਗਰਲਸ ਲਈ ਜ਼ਿਆਦਾ ਆਪਸ਼ਨਸ ਹੁੰਦੀਆਂ, ਬੋਇਸ ਲਈ ਘੱਟ ਹੁੰਦੀਆਂ ਵਾ, ਮਤਲਬ ਅਸੀਂ ਮਹਾਂ ਹੀ ਸੋਚ ਪਾਏ ਹਾਂ ਕਿ ਕਿੱਦਾਂ ਦਾ ਕੇਕ ਬਣਾਈਏ, ਜੋ ਕਿ ਅਸੀਂ ਤੁਹਾਨੂੰ ਉਸ ਦਿਨ ਹੀ ਸ਼ੋਅ ਕਰਾਂਗੇ। ਅਤੇ ਕੇਕ, ਬਾਕੀ ਕੇਕ ਹੋ ਗਿਆ, ਫਿਰ ਜਗ੍ਹਾ ਦੇਖੀ ਜਿੱਥੇ ਬਰਥਡੇ ਮਨਾਉਣਾ ਵਾ, ਅਤੇ ਹੋਰ ਅਸੀਂ ਕੀ ਕਰਕੇ ਆਏ ਸੀ। ਐਵੇਂ ਹੀ ਸਾਨੂੰ ਬਹੁਤ ਟਾਈਮ ਲੱਗ ਗਿਆ ਕਰਦੇ ਕਰਦੇ, ਜਿਨ੍ਹਾਂ ਨਾਲ ਗੱਲ ਕਰਨੀ ਸੀ ਉਹ ਨਹੀਂ ਛੇਤੀ ਆਏ, ਮਤਲਬ ਕਾਫੀ ਟਾਈਮ ਲਗਾ ਕੇ ਆਏ। ਫਿਰ ਹੁਣ ਇੱਕ ਮੈਂ ਵਿੱਕੀ ਲਈ ਗਿਫਟ ਵੀ ਲੈ ਕੇ ਆਈ ਸੀ, ਉਹ ਮੈਂ ਤੁਹਾਨੂੰ ਸ਼ੋਅ ਕਰਦੀ ਹਾਂ। ਅਤੇ ਗਾਈਜ਼, ਇਹ ਵਾ ਮੈਂ ਵਿੱਕੀ ਲਈ ਗਿਫਟ ਲਿਆਂਦਾ ਵਾ, ਜਿਹੜਾ ਐਕਚੁਅਲੀ ਇੱਦਾਂ ਹੀ, ਮਤਲਬ ਇਹ ਚੈਨ ਆ, ਸਿਲਵਰ ਦੀ ਚੈਨ, ਅਤੇ ਮਤਲਬ ਬਹੁਤ ਸੋਹਣੀ ਬਣੀ ਹੋਈ ਆ। ਮੈਂ ਥੋੜ੍ਹਾ ਯੂਨੀਕ ਜਿਹਾ ਡਿਜ਼ਾਈਨ ਚਾਹੁੰਦੀ ਸੀ ਲੈਣਾ, ਬਟ ਚਲੋ ਐਵੇਂ ਦਾ ਹੀ ਮਿਲਿਆ, ਜ਼ਿਆਦਾ ਮੈਨੂੰ ਯੂਨੀਕ ਵੀ ਨਹੀਂ ਮਿਲਿਆ। ਹੁਣ ਮੈਨੂੰ ਇੰਨਾ ਪਤਾ ਵਾ ਕਿਉਂਕਿ ਇੱਕ ਦਿਨ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਚੈਨ ਬਣਾਉਣਾ ਚਾਹੁੰਦਾ ਵਾਂ ਚਾਂਦੀ ਦੀ, ਅਤੇ ਇਸ ਕਰਕੇ ਮੈਂ ਫਸਟਲੀ ਇਹਨੂੰ ਪ੍ਰੈਫਰੈਂਸ ਦਿੱਤੀ ਕਿ ਮੈਂ ਪਹਿਲਾਂ ਚਲੋ ਚੈਨ ਲੈ ਲਾਂ। ਮੈਨੂੰ ਤਾਂ ਬਹੁਤ ਸੋਹਣੀ ਲੱਗੀ, ਆਈ ਐਮ ਸ਼ੋਰ ਉਹ ਵੀ ਖੁਸ਼ ਹੋਣਗੇ ਵੇਖ ਕੇ। ਅਤੇ ਬਾਕੀ ਚਲੋ ਪਾਏ, ਪਤਾ ਲੱਗੇਗਾ ਕਿਸ ਤਰ੍ਹਾਂ ਦੀ ਆਉਂਦੀ ਆ। ਅਤੇ ਇਹਨੂੰ ਹਾਲੇ ਮੈਂ ਗਿਫਟ ਰੈਪ ਕਰਵਾਉਣਾ ਵਾ, ਮੈਂ ਕਰਵਾਊਂਗੀ ਹੁਣ ਇੱਕ ਅੱਧੇ ਦਿਨ ਤੱਕ ਇਹਨੂੰ ਕਰਵਾ ਕੇ, ਅਤੇ ਫਿਰ ਆਪਾਂ ਉਹਨਾਂ ਨੂੰ ਦੇਵਾਂਗੇ।
ਤੇ ਗਾਈਸ ਹੁਣ ਇੱਦਾਂ ਵਾ ਕਿ ਵਿੱਕੀ ਦੇ ਬਰਥਡੇ ਦੀ ਜਿਹੜੀ ਵੀ ਤਿਆਰੀ ਆ ਉਹ ਆਲਮੋਸਟ ਡਨ ਹੈਗੀ ਆ। ਬਾਕੀ ਅਸੀਂ ਇੱਕ ਇਹ ਚੀਜ਼ ਸੱਚ ਅੱਜ ਕੀਤੀ ਸੀਗੀ ਜਿਹੜੀ ਕਿ ਅਸੀਂ ਸਜਾ ਡਿੱਗੀ ਨੂੰ, ਮਤਲਬ ਜਿਹੜਾ ਜਿਵੇਂ ਸਭ ਨੇ ਦੇਖਿਆ ਹੀ ਹੋਣਾ ਵਾ ਵੀਡੀਓਜ਼ ਵਿੱਚ ਜਿਵੇਂ ਡਿੱਗੀ ਨੂੰ ਡੈਕੋਰੇਟ ਕਰਦੇ ਹੁੰਦੇ ਆ, ਉਹਨੂੰ ਵੀ ਅਸੀਂ ਅੱਜ ਮਿਲ ਅਸੀਂ ਮਤਲਬ ਇੱਕ ਦੋ ਦੁਕਾਨਾਂ ਤੋਂ ਪੁੱਛਿਆ। ਜ਼ਿਆਦਾਤਰ ਕਹਿੰਦੇ ਸੀ ਕਿ ਉਸ ਦਿਨ ਮਾਘੀ ਕਰਕੇ ਛੁੱਟੀ ਹੋਣੀ ਆ, ਫਿਰ ਉਹ ਵੀ ਸਾਨੂੰ ਮੁਸ਼ਕਿਲ ਨਾਲ ਚਲੋ ਇੱਕ ਮਿਲ ਗਿਆ। ਅਸੀਂ ਉਹਦਾ ਵੀ ਪਤਾ ਕਰਕੇ ਆਏ, ਅਸੀਂ ਉਸ ਡਿੱਗੀ ਨੂੰ ਥੋੜ੍ਹਾ ਡੈਕੋਰੇਟ ਕਰਕੇ ਅਤੇ ਉੱਥੇ ਕੇਕ ਰੱਖ ਕੇ ਮਨਾਵਾਂਗੇ, ਅਤੇ ਉਹ ਚੀਜ਼ ਅਸੀਂ ਦੇਖ ਕੇ ਆਏ। ਬਾਕੀ ਅਸੀਂ ਐਵੇਂ ਕੀਤਾ ਕਿ ਹੁਣ ਜਿਹੜਾ ਮੈਂ ਵਿੱਕੀ ਨੂੰ ਰਾਤੀ ਸਰਪ੍ਰਾਈਜ਼ ਦੇਣਾ ਸੀਗਾ, ਉਹ ਐਕਚੁਲੀ ਐਵੇਂ ਹੋ ਗਿਆ ਕਿ 13 ਨੂੰ ਨਾਈਟ ਨੂੰ ਇਹਨਾਂ ਦੇ ਕੋਈ ਰੈਲੇਟਿਵਸ ਵਿੱਚ ਹੈਗਾ ਵਾ ਫੰਕਸ਼ਨ, ਜਿਹਦੇ ਕਰਕੇ ਸਾਨੂੰ ਜਾਣਾ ਪੈਣਾ ਵਾ ਆਊਟ ਆਫ ਟਾਊਨ, ਅਤੇ ਇਸ ਕਰਕੇ ਜਿਹੜਾ ਮੈਂ ਵਿੱਕੀ ਨੂੰ ਰਾਤ ਨੂੰ ਸਰਪ੍ਰਾਈਜ਼ ਦੇਣਾ ਸੀ ਬਰਥਡੇ ਦਾ, ਉਹ ਐਕਚੁਲੀ ਮੇਰਾ ਬ੍ਰਦਰ ਕਹਿੰਦਾ ਸੀ ਕਿ ਉਹਨਾਂ ਨੇ ਵੀ ਭਾਜੀ ਦੋ ਕੇਕ ਕਟਾਉਣਾ ਵਾ, ਫਿਰ ਉਹ ਮੇਰਾ ਸਰਪ੍ਰਾਈਜ਼ ਅਤੇ ਉਹਨਾਂ ਦਾ ਸਰਪ੍ਰਾਈਜ਼ ਅਸੀਂ ਮਿਕਸਅਪ ਕਰ ਦੇਣਾ ਵਾ। ਮਤਲਬ 13 ਨੂੰ ਮੈਂ ਦੁਪਹਿਰੇ ਵਿੱਕੀ ਨੂੰ ਆਪਣੇ ਘਰ ਲੈ ਕੇ ਜਾਊਂਗੀ, ਫਿਰ ਅਸੀਂ ਉੱਥੇ ਮਨਾ ਲਾਂਗੇ, ਫਿਰ ਰਾਤ ਨੂੰ ਤਾਂ ਉੱਥੇ ਜਿੱਥੇ ਫੰਕਸ਼ਨ ਆ ਚਲੋ ਨੋਰਮਲ ਵਿਸ਼ ਹੀ ਹੋਊਂਗੀ, ਫਿਰ ਬਾਅਦ 'ਚ 14th ਨੂੰ ਜਦੋਂ ਆਪਾਂ ਵਾਪਸ ਆਵਾਂਗੇ ਉਹਨਾਂ ਦੇ ਬਰਥਡੇ ਵਾਲੇ ਦਿਨ, ਬਾਕੀ ਕੰਮ ਆਪਾਂ ਉਸ ਦਿਨ ਕਰਾਂਗੇ। ਉਹਨੇ ਚੇਲੀ ਗੁੱਡ ਨਾਈਟ ਗਾਈਸ, ਐਂਡ ਵਨ ਮੋਰ ਥਿੰਗ ਕਿ ਸਾਡੀਆਂ ਵੀਡੀਓਜ਼ ਨੂੰ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਕਮੈਂਟ ਵਿੱਚ ਵਿੱਕੀ ਨੂੰ ਹੈਪੀ ਬਰਥਡੇ ਕਿਹੋ। Happy birthday to you. Hola, ¿cómo? Oh, ven acá. Chalo, cata de cake, cata, chalo. Birthday kal gaya manai aadi ande. Eh raat vich da birthday, free birthday. Happy birthday. ਹੁਣ ਬੋਲੋ ਵੀ ਬਾਡੇ ਚਲਾ ਦੇ ਜਾਣ ਕਰਕੇ ਹੁਣੇ ਮਨਾ ਲਿਆ ਵਾ ਇਹਨਾਂ ਦਾ ਬਰਥਡੇ, ਤੇ ਸਾਰੇ ਜਾਣੇ ਕਮੈਂਟ ਵਿੱਚ ਹੈਪੀ ਬਰਥਡੇ ਜ਼ਰੂਰ ਲਿਖਿਓ, ਤੇ ਬਾਕੀ ਜੇ ਤੇ ਕੁਛ ਵੀ ਨਹੀਂ, ਜਸਟ ਥੋੜਾ ਜਿਹਾ ਨਿੱਕਾ ਜਿਹਾ ਟ੍ਰੇਲਰ ਸੀ, ਬਾਕੀ ਜਿਹੜਾ ਵੀ ਬਰਥਡੇ ਆਉਣਾ ਵਾ ਉਹ ਤੁਹਾਨੂੰ ਕੱਲ ਬਰਥਡੇ ਵਾਲੇ ਦਿਨ ਉਠਾਵਾਂਗੇ। ਬਰਥਡੇ ਥੈਂਕ ਯੂ। ਤੇ ਗਾਈਜ ਅੱਜ ਹੁਣ ਇਹਨਾਂ ਦਾ 12 ਵੱਜ ਗਿਆ ਤੇ ਹੈਪੀ ਬਰਥਡੇ ਹੋ ਗਿਆ ਵਾ, ਪਰ ਹੈਪੀ ਬਰਥਡੇ ਬਹੁਤ ਹੀ ਸਿੰਪਲ ਆ ਵਿਚਾਰਿਆਂ ਦਾ, ਕਿਉਂਕਿ ਅਸੀਂ ਆਪਣੇ ਘਰੇ ਨਹੀਂ ਨਾ ਹੈਗੇ, ਅਸੀਂ ਕਿਤੇ ਬਾਹਰ ਹਾਂ, ਤੇ ਬਾਕੀ ਆਪਾਂ ਕੱਲ੍ਹ ਸਵੇਰੇ ਮਨਾਵਾਂਗੇ ਜ਼ਰੂਰ, ਉਹ ਤੁਹਾਨੂੰ ਵਿਖਾਵਾਂਗੇ। ਅਤੇ ਉਹਨਾਂ ਚਿਰ ਲਈ ਇੱਕ ਹੋਰ ਮਤਲਬ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿ ਮਤਲਬ ਅਸੀਂ ਜਦੋਂ ਸਾਡੇ ਘਰ ਸੀ ਸਾਨੂੰ ਇੰਨੀ ਜ਼ਿਆਦਾ ਕਮਲ ਕੁਮਲ ਭੱਜ ਦੌਰ ਇੰਨਾ ਰੌਲਾ ਪਿਆ ਹੋਇਆ ਸੀ ਕਿ ਮੰਮੀ ਵੀ ਆਉਂਦੀ ਤੁਸੀਂ ਚੱਲ ਗਏ ਤਾਂ ਸ਼ਾਂਤੀ ਹੋ ਗਈ, ਅਤੇ ਉਹ ਹੀ ਜਿਹੜਾ ਵਿੱਕੀ ਦਾ ਗਿਫਟ ਉਹ ਮੈਂ ਘਰ ਛੱਡ ਆਈ ਹਾਂ, ਪਰ ਉਹ ਮੈਂ ਦੇਣਾ ਇਹੋ ਟਾਈਮ 'ਤੇ ਸੀ ਅਤੇ ਉਹ ਮੈਂ ਹੁਣ ਵੀ ਇਹੋ ਟਾਈਮ 'ਤੇ ਦੇਣਾ ਵਾ, ਬਸ ਇਹਨਾਂ ਦੇ ਜਿਹੜਾ ਹੱਥ ਆ
ਉਹ ਹੁਣ ਕੱਲ ਸਵੇਰੇ ਆਊਂਗਾ, ਠੀਕ ਆ? ਤੇ ਉਹ ਸਾਡੇ ਘਰੇ ਪਿਆ ਹੋਇਆ ਤੇ ਮੈਂ ਉੱਥੇ ਛੱਡ ਆਈ ਆ, ਤੇ ਮੈਂ ਤੁਹਾਨੂੰ ਉਹ ਸ਼ੋਅ ਕਰਦੀ ਆ ਤੇ ਨਾਲ ਹੀ ਵਿੱਕੀ ਨੂੰ ਵੀ ਸ਼ੋਅ ਕਰਦੀ ਆ। ਓਕੇ ਲੈ ਹੈਲੋ। ਫੋਨ ਤੇ ਦੇਤਾ ਗਿਫਟ, ਫੋਨ ਤੇ ਗਿਫਟ ਦੇਤਾ ਵਾ ਗਾਇਸ। ਇਹ ਮੈਂ ਸਾਰਾ ਕੀਤਾ ਹੋਇਆ ਸੀਗਾ ਪਲਾਨ, ਪਰ ਮੈਂ ਫੋਨ ਤੇ ਦੇਤਾ ਵਾ ਗਿਫਟ, ਕਿਉਂਕਿ ਮੈਨੂੰ ਲਿਆਉਣ ਦਾ ਮਤਲਬ ਅਸੀਂ ਇੰਨੀ ਕਾਹਲੀ ਕਾਹਲੀ ਆਏ ਹਾਂ, ਰਾਤੀ ਇੱਥੇ ਪਹੁੰਚੇ ਹਾਂ, ਫਿਰ ਧੁੰਦ ਪੈ ਗਈ ਸੀਗੀ, ਅਤੇ ਇਸ ਕਰਕੇ ਅਸੀਂ ਉਹ ਲਿਆਉਣਾ ਘਰੇ ਛੱਡ ਆਏ ਉੱਥੇ। ਥੈਂਕ ਯੂ। ਪਸੰਦ ਆਇਆ? ਚੱਲ ਕੋਈ ਨੀ, ਹੁਣ ਠੀਕ ਪਰ ਮੈਂ ਫੇਰ ਵੀ ਵੇਲੋ ਤਾਂ ਵੀ ਇੱਕ ਚੀਜ਼ ਹੋਰ ਵਿੱਚ ਹੈਗੀ ਜਿਹੜੀ ਮੈਨੂੰ ਪਤਾ ਨੀ ਲੱਗਣ ਦੀ ਹਨਾ, ਬਾਕੀ ਉਹ ਪਤਾ ਲੱਗਣ ਦੀ ਪੂਰੀ ਨੀ ਪਤਾ ਲੱਗਣ ਦੀ ਕੀ ਚੀਜ਼ ਆ ਹਨਾ, ਤਾਂ ਵੀ ਵੇਖ ਲੋ। ਜੇ ਮੈਂ ਸੋਚਿਆ ਵਾ ਕਿ ਮੈਂ ਗਿਫਟ ਤੁਹਾਨੂੰ ਅੱਜ ਦੇਣਾ ਤੇ ਮੈਂ ਅੱਜ ਹੀ ਦਿੱਤਾ ਵਾ, ਸੋਫਟ ਕਾਪੀ ਦੇਤੀ ਗਾਈਸ। ਇਹਦੇ ਵਿੱਚ ਨਿੱਕੀ ਸੋਫਟ ਕਾਪੀ ਤੇ ਚਲੋ ਮੈਂ ਦੇਤੀ, ਇਹਨਾਂ ਦੇ ਹੱਥ ਚ ਨੀ ਹਾਲੇ ਆਇਆ, ਪਰ ਨਿੱਕੀ ਜਿਹੀ ਚੀਜ਼ ਆ ਇਹਦੇ ਵਿੱਚ ਜਿਹੜੀ ਇਹਨਾਂ ਨੂੰ ਹਾਲੇ ਨਹੀਂ ਪਤਾ ਲੱਗੂਗੀ, ਤੇ ਉਹ ਤੁਹਾਨੂੰ ਆਪਾਂ ਵਿਖਾਵਾਂਗੇ ਹੁਣ ਅਗਲੇ ਵਲੌਗ ਚ, ਤੇ ਇਸ ਕਰਕੇ ਤੇ ਗਾਈਸ ਹੁਣ ਇਹ ਵੀਡੀਓ ਆ ਜਿਹੜੀ ਆਪਾਂ ਇੱਥੇ ਹੀ ਐਂਡ ਕਰਨ ਲੱਗੇ ਹਾਂ। ਹੁਣ ਆਪਾਂ ਮਿਲਾਂਗੇ ਤੁਹਾਨੂੰ ਕੱਲ੍ਹ, ਯਾਨੀ ਕਿ ਇਹਨਾਂ ਦੇ ਬਰਥਡੇ ਵਾਲੇ ਦਿਨ, ਇੱਕ ਨਿਊ ਵਲੌਗ ਦੇ ਨਾਲ। ਓਕੇ ਗਾਈਸ, ਉਹਨਾਂ ਚਿਰ ਲਈ ਆਹ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਗੁੱਡ ਨਾਈਟ, ਬਾਏ, ਖੁਦਾ ਹਾਫਿਜ਼।